ਅਸਲਾਮੁਅਲੈਕਮ, ਕੀ ਹਾਲ ਚਾਲ ਹੈ ਸਾਰਿਆਂ ਦੋਸਤਾਂ ਦਾ? ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਔਰ ਖੈਰੀਅਤ ਨਾਲ ਹੋਵੋਗੇ। ਅਤੇ ਇਸ ਟਾਈਮ ਜੀ ਅਸੀਂ ਮੌਜੂਦ ਹਾਂ ਰਾਜਾ ਅਕਰਮ ਬੱਟੀ ਸਾਹਿਬ ਉਹਨਾਂ ਦੀ ਛੱਤ 'ਤੇ, ਅਤੇ ਅੱਜ ਤੁਹਾਨੂੰ ਉਹਨਾਂ ਦੀ ਛੱਤ ਤੋਂ ਜੀ ਉਹਨਾਂ ਦੇ ਪਰਵਾਜ਼ੀ ਕਬੂਤਰਾਂ ਦਾ ਸ਼ੋਅ ਕਰਵਾਉਂਦੇ। ਇਹ ਮਾਸ਼ਾਅੱਲਾ ਇਹਨਾਂ ਦਾ ਸਾਰਾ ਸੈਟਅਪ ਹੈ, ਇਹਨਾਂ ਦਾ ਸੈਟਅਪ ਚੈੱਕ ਕਰੋ ਜੀ। ਮਾਸ਼ਾਅੱਲਾ ਬਹੁਤ ਹੀ ਵਧੀਆ ਸੈਟਅਪ ਬਣਾਇਆ ਇਹਨਾਂ ਨੇ, ਅਤੇ ਅੱਜ ਜੀ ਤੁਹਾਨੂੰ ਇਹਨਾਂ ਦੇ ਪਰਵਾਜ਼ੀ ਕਬੂਤਰ ਵਿਖਾਉਂਦੇ। ਜਾਲਾਂ 'ਚ ਕੱਢਦੇ ਨੇ ਪੇ ਜੀ, ਕੁਝ ਇਹਨਾਂ ਨੇ ਉਡਾਏ ਵੀ ਨੇ, ਚੈੱਕ ਕਰੋ ਜੀ। ਮਾਸ਼ਾਅੱਲਾ ਜੀ, ਅੱਸੂ ਦੀ ਤਿਆਰੀ ਵਾਸਤੇ ਇਹਨਾਂ ਨੇ ਕਬੂਤਰ ਕੁਝ ਉਡਾਏ ਨੇ ਆਪਣੇ, ਅਤੇ ਅਸੀਂ ਜੀ ਤੁਹਾਨੂੰ ਇਹਨਾਂ ਦਾ ਸ਼ੋਅ ਕਰਵਾਉਂਦੇ ਹਾਂ। ਲਓ ਜੀ ਦੋਸਤੋ, ਇਹ ਇਹਨਾਂ ਦੇ ਪਰਵਾਜ਼ੀ ਜਿਹੜੇ ਨਰ ਕਬੂਤਰ ਨੇ ਸਾਰੇ, ਇਹ ਜੀ ਸਾਰੇ ਨਰ ਨੇ। ਮਾਸ਼ਾਅੱਲਾ, ਸਭ ਤੋਂ ਪਹਿਲੇ ਜੀ ਇਹਨਾਂ ਦਾ ਸ਼ੋਅ ਕਰੋ। ਦੇਖੋ ਜੀ, ਮਾਸ਼ਾਅੱਲਾ ਜੀ, ਇਹ ਸਾਰੇ ਇਹਨਾਂ ਦੇ ਘਰ ਦੇ ਕਬੂਤਰ ਨੇ, ਕੋਈ ਬਾਹਰ ਦਾ ਕਬੂਤਰ ਨਹੀਂ ਇਹਨਾਂ ਵਿੱਚ, ਸਭ ਇਹਨਾਂ ਦੇ ਜੀ ਘਰ ਦੀ ਬਰੀਡ ਹੈ ਆਪਣੀ। ਇਹ ਜੀ ਇਹਨਾਂ ਦੇ ਪਰਵਾਜ਼ੀ ਨਰ ਨੇ ਸਾਰੇ, ਅਤੇ ਇਹਨਾਂ 'ਚ ਕੋਈ ਦੋ ਚਾਰ ਜਿਹੜਾ ਉਹਨਾਂ ਦਾ ਲੱਭ ਕੇ ਵੀ ਤੁਹਾਨੂੰ ਸ਼ੋਅ ਕਰਵਾਉਂਦੇ ਹਾਂ। ਇਹ ਜੀ ਇਹਨਾਂ ਦਾ ਇੱਕ ਪਰਵਾਜ਼ੀ ਕਬੂਤਰ ਹੈ, ਠੀਕ ਹੈ। ਦੂਜੀ ਅੱਖ ਵਿਖਾਓ ਜੀ, ਚੈੱਕ ਕਰੋ ਜੀ ਇਸਦੀ ਅੱਖ, ਠੀਕ ਹੋ ਗਿਆ। ਪਰ ਦਾ ਸ਼ੋਅ ਕਰਵਾਓ, ਇਸ ਦਾ ਜੀ ਪਰ ਹੈ ਮਾਸ਼ਾਅੱਲਾ, ਠੀਕ ਹੈ। ਦੂਸਰਾ ਪਰ ਕਰੋ, ਠੀਕ ਹੈ, ਛੋੜ ਦਿਓ। ਇਹ ਜੀ ਇੱਕ ਹੋਰ ਪਰਵਾਜ਼ੀ ਕਬੂਤਰ ਇਹਨਾਂ ਦਾ, ਫਿਰ ਕਰ ਬਸ ਠੀਕ। ਇਸਦੇ ਪਰ ਵੇਖੋ ਕਿਤਨੇ ਸ਼ਾਨਦਾਰ ਪਰ ਨੇ ਇਸ ਕਬੂਤਰ ਦੇ, ਮਾਸ਼ਾਅੱਲਾ ਬਹੁਤ ਹੀ ਵਧੀਆ ਕਬੂਤਰ ਨੇ ਜੀ ਇਹਨਾਂ ਦੇ ਪਰਵਾਜ਼ੀ। ਵਿਸ਼ਕਾਰ ਦਿਓ ਜੀ। ਇਹ ਜੀ ਮਾਸ਼ਾਅੱਲਾ ਸਾਰੇ ਇਹਨਾਂ ਦੇ ਪਰਵਾਜ਼ੀ ਨਰ ਨੇ ਜਿਹੜੇ ਹੁਣ ਤੁਹਾਨੂੰ ਵਿਖਾਏ ਨੇ, ਇਸ ਤੋਂ ਬਾਅਦ ਜੀ ਇਹਨਾਂ ਦੀਆਂ ਮਾਦੀਆਂ ਵੀ ਤੁਹਾਨੂੰ ਵਿਖਾਉਂਦੇ ਹਾਂ, ਚੈੱਕ ਕਰੋ ਜੀ। ਦੋਸਤਾਂ ਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਅਤੇ ਜਿਹੜੇ ਦੋਸਤ ਸਾਡੇ ਚੈਨਲ 'ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਲੇਟੈਸਟ ਵੀਡੀਓ ਨੂੰ ਉਹ ਸਭ ਤੋਂ ਪਹਿਲੇ ਜੀ ਤੁਹਾਡੇ ਤੱਕ ਪਹੁੰਚ ਸਕਣ। ਹੁਣ ਤੁਹਾਨੂੰ ਜੀ ਮਾਦੀਆਂ ਦਾ ਸ਼ੋਅ ਕਰਵਾਉਂਦੇ ਹਾਂ। ਉਹ ਜੀ ਦੋਸਤੋ, ਇਹ ਇਹਨਾਂ ਦੀਆਂ ਪਰਵਾਜ਼ੀ ਮਾਦੀਆਂ ਨੇ, ਇਹਨਾਂ ਦੋਵਾਂ ਖੁੱਡਿਆਂ 'ਚ ਜਨਾਬ ਮਾਦੀਆਂ ਨੇ, ਅਤੇ ਜਿਹੜਾ ਇਹਨਾਂ ਅੱਕੂ ਜੀ ਇਹਨਾਂ ਨੇ ਜੀ ਅੱਜ ਉਡਾਈਆਂ ਨੇ ਮਾਦੀਆਂ। ਉੱਤੇ ਕਿਤਨੀਆਂ ਨੇ ਛਾਨ? 22 ਕਬੂਤਰੀਆਂ ਜੀ ਇਹਨਾਂ ਦੀਆਂ ਉੱਡਦੀਆਂ ਨੇ ਪਿਆਲੇ, ਅਤੇ ਲਾਲ ਕੁਝ ਜੀ ਇਹਨਾਂ ਡੱਕੀਆਂ ਨੇ। ਇਹਨਾਂ ਦਾ ਸ਼ੋਅ ਕਰੋ, ਮਾਸ਼ਾਅੱਲਾ ਬਹੁਤ ਹੀ ਵਧੀਆ ਮਾਦੀਆਂ ਨੇ, ਅਤੇ ਇਹਨਾਂ 'ਚੋਂ ਵੀ ਇੱਕ ਅੱਧੀ ਜੀ ਤੁਹਾਨੂੰ ਫੜ ਕੇ ਉਹਦਾ ਸ਼ੋਅ ਕਰਵਾਉਂਦੇ ਹਾਂ। ਲਓ ਜੀ ਦੋਸਤੋ, ਇਹ ਇਹਨਾਂ ਦੀ ਪੁਰਾਣੀ ਇੱਕ ਮਾਦੀ ਦਾ ਤੁਹਾਨੂੰ ਸ਼ੋਅ ਕਰਵਾਉਂਦੇ ਹਾਂ, ਗੋਲਡਨ ਦਾ, ਚੈੱਕ ਕਰੋ ਜੀ ਇਸਦੀ ਅੱਖ, ਠੀਕ ਹੈ। ਦੂਸਰੀ ਅੱਖ ਵਿਖਾਓ ਜੀ, ਇਸਦੀ ਦੂਸਰੀ ਅੱਖ, ਠੀਕ ਹੋ ਗਿਆ। ਪਰ ਦਾ ਸ਼ੋਅ ਕਰਵਾਓ, ਇਸ ਦਾ ਪਰ ਹੈ ਜੀ, ਠੀਕ ਹੈ। ਜਿਸ ਦਾ ਦੂਸਰਾ ਪਰ ਵੀ ਵੇਖ ਲਓ, ਠੀਕ ਹੈ, ਛੋੜੋ। ਲਓ ਜੀ, ਇਹ ਇੱਕ ਇਹਨਾਂ ਦੇ ਟੈਡੀ ਕਬੂਤਰਾਂ 'ਚ ਮਾਦੀ, ਠੀਕ ਹੋ ਗਿਆ। ਦੂਸਰੀ ਅੱਖ ਰਸ, ਠੀਕ ਹੈ, ਪਰ ਖੋਲੋ ਜਿਸ ਦਾ ਪਰ ਹੈ, ਮਾਸ਼ਾਅੱਲਾ, ਠੀਕ। ਇਹ ਜੀ ਕਬੂਤਰ ਕੁਝ ਇਹਨਾਂ ਨੇ ਪੱਟੇ ਨਹੀਂ ਹੈ ਨਾ, ਵੈਸੇ ਹੀ ਇਸ ਕੇਜ ਵਿੱਚ ਇਹਨਾਂ ਛੱਡੇ ਨੇ ਸਾਰੇ। ਇਹਨਾਂ ਦਾ ਵੀ ਸ਼ੋਅ ਕਰ ਲਓ ਜੀ ਸਾਰੇ ਭਰਾ,
ਬਹੁਤ ਹੀ ਵਧੀਆ ਕਬੂਤਰ ਨੇ ਮਾਸ਼ਾਅੱਲਾ ਇਹਨਾਂ ਕੋਲ ਉੱਡਣ ਵਾਲੇ ਅਤੇ ਬਹੁਤ ਜ਼ਿਆਦਾ ਤਾਦਾਦ ਵਿੱਚ ਨੇ। ਚੈੱਕ ਕਰੋ ਜੀ ਸਾਰੇ ਉੱਡਣ ਵਾਲੇ ਕਬੂਤਰ ਨੇ ਇਹਨਾਂ ਦੇ। ਹੁਣ ਤੁਹਾਨੂੰ ਇਹਨਾਂ ਦੇ ਜੀ ਪਰਵਾਜ਼ੀ ਬੱਚੇ ਵੀ ਵਿਖਾ ਦਈਏ। ਲਓ ਜੀ ਇਹਨਾਂ ਦੇ ਜੀ ਘਰ ਦੇ ਬੱਚੇ ਨੇ ਸਾਰੇ ਮਾਸ਼ਾਅੱਲਾ, ਅਤੇ ਸਾਰੇ ਹੀ ਹਲੇ ਜੀ ਫੇਰਨ ਵਾਲੇ ਨੇ। ਇਹਨਾਂ ਨੂੰ ਫੇਰਨ ਦਾ ਹਲੇ ਟਾਈਮ ਹੀ ਨਹੀਂ, ਕਿਉਂਕਿ ਇਸ ਸਾਈਡ 'ਤੇ ਵੇਖ ਸਕਦੇ ਹੋ ਕਿਤਨੇ ਸਾਰੇ ਕਬੂਤਰ ਨੇ, ਅਤੇ ਇਹਨਾਂ ਨੂੰ ਜੀ ਬਾਅਦ 'ਚ ਫੇਰਨ ਦੇ। ਇਹ ਸਾਰੇ ਜੀ ਇਹਨਾਂ ਦੇ ਘਰ ਦੇ ਪਰਵਾਜ਼ੀ ਬੱਚੇ, ਚੈੱਕ ਕਰੋ ਮਾਸ਼ਾਅੱਲਾ। ਸਾਰੇ ਥੱਲੇ ਨਹੀਂ ਲੱਥੇ ਹਲੇ, ਅੱਧੇ ਜਿਹੜਾ ਵੇਖ ਲਓ ਤੁਸੀਂ ਉੱਤੇ ਵੀ ਨੇ ਜਾਲ ਦੇ ਵਿੱਚ ਵੀ। ਬਹੁਤ ਜ਼ਿਆਦਾ ਤਾਦਾਦ ਜੀ ਇਹਨਾਂ ਕੋਲ ਬੱਚਿਆਂ ਦੀ ਵੀ, ਇਹਨਾਂ 'ਚ ਜਿਹੜੇ ਕੋ ਮੇਨ ਦੋ ਤਰੇ ਬੱਚੇ ਨੇ ਉਹਨਾਂ ਦਾ ਫੜ ਕੇ ਵੀ ਤੁਹਾਨੂੰ ਸ਼ੋਅ ਕਰਵਾਉਂਦੇ ਹਾਂ। ਇਹ ਜੀ ਇਹਨਾਂ ਦੇ ਘਰ ਦਾ ਪਿਓਰ ਟੈਡੀ ਜੋੜੇ ਦਾ ਬੱਚਾ ਮਾਸ਼ਾਅੱਲਾ। ਅੱਖ ਹਲੇ ਤੱਕ ਇਸ ਬੱਚੇ ਦੀ ਸਾਫ ਨਹੀਂ ਹੈ, ਬਹਰਹਾਲ ਫਿਰ ਵੀ ਉਮੀਦ ਹੈ ਤੁਹਾਨੂੰ ਦਿਸਦੀ ਹੋਵੇ ਦੀ ਪੀ। ਠੀਕ ਹੈ ਦੂਸਰੀ ਅੱਖ ਵਹਾ। ਚੈੱਕ ਕਰੋ ਜੀ ਮਾਸ਼ਾਅੱਲਾ, ਠੀਕ ਹੈ ਪਰ ਵਹਾ ਉਸ ਦਾ। ਸਾਹਮਣੇ ਕਾਰ ਸੀ ਇੱਕ ਵਾਰੀ, ਚਲੋ ਠੀਕ। ਸਾਹਮਣੇ ਵਾਲਾ ਲੱਭ ਲਿਆ, ਇਹ ਜਿਹਨਾਂ ਦਾ ਪਰਵਾਜ਼ੀ ਬੱਚਾ ਮਾਸ਼ਾਅੱਲਾ। ਇਸ ਦੀ ਅੱਖ ਦਾ ਸ਼ੌਂਕ ਕਰੋ ਜੀ, ਠੀਕ ਪਰ ਵਹਾਓ ਇਸ ਦਾ। ਇਸ ਦਾ ਜੀ ਪਰ ਮਾਸ਼ਾਅੱਲਾ, ਠੀਕ ਠੀਕ ਹੈ। ਲਓ ਜੀ ਅੱਜ ਦੀ ਵੀਡੀਓ ਹੈ, ਅਸੀਂ ਤੁਹਾਨੂੰ ਅੱਜ ਰਾਜਾ ਅਕਰਮ ਭੱਟੀ ਸਾਹਿਬ ਦੀ ਛੱਤ ਸ਼ੋਅ ਕਰਵਾਇਆ, ਅਤੇ ਅਗਲੀ ਵੀਡੀਓ ਜੀ ਕਿਸੇ ਹੋਰ ਛੱਤ ਤੋਂ ਤੁਹਾਨੂੰ ਸ਼ੋਅ ਕਰਵਾਉਂਦੇ। ਇਸ ਦੇ ਨਾਲ ਜੀ ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।